ਅੱਜ ਦਾ ਵੀ ਪੂਰਾ ਹੋ ਗਿਆ, ਮੈਂ ਫਾਈਟਾ ਨਹੀਂ ਛੱਡਦਾ ਚੰਗਾ ਬਦਲਾ ਲਿੱਤਾ ਸਾਡੇ ਕੋਲ ਮੇਰੀ ਗੱਲ ਸੁਣੋ ਅਦਿਲ ਭਾਈ, ਹੈਡੀਸਬਰਗ ਚ ਅਸੀਂ ਗਏ ਤੇ ਹੈਡੀਸਬਰਗ ਚ 16 ਓਵਰਾਂ ਦੇ ਵਿੱਚ ਐਡੀ ਭਾਈ ਯਾਦ ਹੈ ਪੂਰੀ ਟੀਮ ਸਾਡੀ ਬੁੱਕ ਹੋ ਗਈ, ਐਂਡ ਚ ਮੈਂ ਤੇ ਉਸਮਾਨ ਆਖਰੀ 8 ਓਵਰ ਖੇਡੇ ਅਗਲੇ ਮੈਂ, ਤੁਸੀਂ ਓਪਨਿੰਗ ਕਰਿਆ ਕਰੋ ਯਾਰ, ਸਾਡੇ ਕੋਲ ਨਹੀਂ ਖੇਡਿਆ ਜਾਂਦਾ, ਇਹ ਵੀ ਹੀਟਰ ਨੇ। ਹਮਜ਼ਾ ਨੇ ਮੈਨੂੰ ਕਿਹਾ ਆਉਂਦਾ ਮੈਨੂੰ ਹੀਟਿੰਗ ਲਈ ਕਰ ਲਓ, ਮੈਂ ਤੁਹਾਨੂੰ ਅੱਛਾ ਸਟਾਰਟ ਦੇ ਰਿਹਾ। ਜਿਹੜੇ ਹੀਟਰ ਨੇ ਉਹਨਾਂ ਦਾ ਬੰਦਾ ਹੀ ਥੱਲੇ ਜਾ ਕੇ ਹਿੱਟ ਕਰਨਾ, ਕਾਸ਼ਿਪ ਭਾਈ ਸਹੀ ਨੇ, ਕਮਰ ਭਾਈ ਸਹੀ ਨੇ, ਤੁਸੀਂ ਜਾ ਕੇ ਇਨਿੰਗ ਬਿਲਡ ਨਹੀਂ ਨਾ ਕਰਦੇ ਯਾਰ, ਛੇਤੀ 'ਚ ਪੈ ਜਾ, ਇੱਕ ਵਾਜੇ ਉਹਦਾ, ਇੱਕ ਵਾਜੇ ਨਾ, ਅਗਰ ਮੈਂ ਇਹਦੇ ਅਗੇਂਸਟ ਖੇਡਿਆ ਮੈਨੂੰ ਪਤਾ ਇਹਨੂੰ 1-6 ਦੇ ਦਿਓ, ਉਹਦੇ ਬਾਅਦ ਮੈਂ ਆਪਣਾ ਅਗੜ ਪਿਛੜ ਇਕੱਠੇ ਨੰਬਰ ਤੁਹਾਡੇ ਹੋਣੇ ਚਾਹੀਦੇ ਨੇ, ਅਗਰ ਅਦਿਲ ਭਾਈ ਨੂੰ ਅਗਲੇ ਮੈਚ ਖਿਡਾਇਆ ਮੈਂ ਵੈਸਟਮੈਨ ਦੇ ਖਿਲਾਫ਼ ਨਹੀਂ ਖੇਡ ਸਕਦਾ, ਕਿਉਂਕਿ ਟੂਲ ਪਲਾਜ਼ਾ ਵਾਲੇ ਪਲੇਅਰ ਹੈਗੇ ਨੇ, ਜਿਹੜੇ ਬੰਦੇ ਡਾਲਰ ਦੇ ਕੇ ਖੇਡ ਲਾਣ ਉਹਨਾਂ ਦਾ ਬਾਅਦ ਬੜਾ ਮਾਰ ਲੈਣਾ। ਡਾਲਰ ਦਾ ਕਾਰਪਟ ਹੈ ਉਹਦੇ ਤੇ ਕਿਹਾ ਬਾਲ ਬਾਲ ਜਿਹੜੇ ਆ ਕੇ ਬਾਹਰ ਨਾ ਬ੍ਰੈਂਡ ਨਿਊ ਕਾਰਪਟ ਯਾਰ, ਹੋਰ ਗੱਲਾਂ ਸੋ ਗੱਲਾਂ, ਤੰਬੂ ਵੀ ਲਾਉਂਦੇ ਤੰਬੂ ਫੀਲਡ ਦੀ, ਨਹੀਂ 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 ਕਰਦੇ ਨੇ, ਉਹ ਨਹੀਂ ਗੱਲ ਸੁਣੋ, ਫਿਰ ਫੀਲਡ ਦੀ ਲਫਰਨੀਆ ਪਾਰ ਦੀ ਗਰਾਊਂਡ ਉਹ ਜਿਹੜੀ ਹੈ ਉਸ ਨਾਲ ਜੋ ਮਰਜ਼ੀ ਕਾਟ ਲਓ ਜਦੋਂ ਮਰਜ਼ੀ ਕਰਿਆ ਹੋਮ ਫੀਲਡ ਜੋੜਵਾਣੀਆਂ ਦੇ ਕੰਮ ਉਹਦੇ ਉੱਤੇ ਜਾ ਕੇ ਤੰਬੂ ਲਾਉਂਦੇ ਨੇ, ਸਕੋਰ ਬੋਰਡ ਰੱਖ ਹੋਸਨ ਮੁੰਡਾ ਤੰਬੂ ਵੀ ਲੱਗੀ ਹੋਣੇ ਨੇ, ਸਕੋਰ ਬੋਰਡ ਇੱਕ ਕੁੜੀ ਸੀ ਬੱਕਰੇ ਤੋਂ ਲਾਏ ਉਹ ਬਾਰਬੀਕਿਊ ਕਰੀਆਂ ਗਏ ਸਾਡਾ ਪ੍ਰਿੰਟ ਕਰਾਇਆ ਓਏ ਬੱਕਰੇ ਦੋ ਅੰਦਰ ਤੁਸੀਂ ਵੀ ਦੋ ਬੱਕਰੇ ਲਾਏ ਹੋ ਬਾਰਬੀਕਿਊ ਕਰਾਂਗੇ ਪਰ ਦੋ ਤੇ ਉਹਨੇ ਖਾ ਜਾਣ ਹਰ ਮੈਚ ਕਰ ਲੋ ਯਾਰ, ਪੈਸੇ ਜਮ੍ਹਾਂ ਕਰ ਲੋ, ਮੈਂ ਲੈ ਕੇ ਆਉਂਦਾ ਯੋ ਲੈ ਕੇ ਆਉਂਦਾ, ਹਰ ਬੰਦੇ ਨੂੰ ਇਕੁਅਲ ਹਰ ਬੰਦੇ ਨੂੰ ਇੰਨਾ ਖਰਚਾ ਹੈ 5 ਰੁਪਏ ਦੇ 10 ਰੁਪਏ ਜਿਹੜਾ ਵੀ ਹੈ ਪਹਿਲੇ ਦਿਨ ਦੀ ਜਿਹੜੀ ਗੱਲ ਕੀਤੀ ਮੈਂ ਆਉਂਦਿਆਂ ਪਹਿਲੇ ਉਹ ਬੋਲਦਾ ਨਹੀਂ ਹੂੰ ਤੇ ਚੰਗਾ ਵੀ ਹੈ ਨਹੀਂ ਬਾਰਾਂ ਮੁੰਡੇ ਨੇ $5-5 ਵੀ ਹਰ ਬੰਦਾ ਪਾਏ ਨਾ ਜਾਣਦਾ ਯਾਰ, ਦਸ ਪਿਛਲੀ ਵਾਰੀ ਪਾਏ ਸਨ ਤੇ $60 ਦੀ ਖਾਲੀ ਬ੍ਰੈਕਫਾਸਟ ਤੁਸੀਂ ਖਾ ਕੇ ਸੱਠਾਂ ਦੀ ਬੱਕਰਾ ਤੇ $60 ਦਾ ਕਿਹੜਾ ਬੱਕਰਾ ਆਉਂਦਾ, ਕਮਜ਼ੋਰ ਬੱਕਰਾ ਓਏ ਕਮਜ਼ੋਰ ਬੱਕਰਾ $60 ਦਾ ਲੈ ਕੇ ਆਣੀ ਉੱਥੇ ਮਜ਼ਾ ਨਹੀਂ ਜਿੱਥੇ ਬੈਟਿੰਗ ਦਾ ਮਜ਼ਾ ਹੈ, ਮਜ਼ਾ ਤਾਂ ਹੈ ਜਿੱਤ ਜਿੱਤ ਕੇ ਆਈ ਓਏ ਅਗਲਾ ਜਿੱਤਾਂਗੇ ਯਾਰ, ਮਾ ਜਾਓ ਤੇ ਹਾਰ ਕੇ ਆਓ ਜਾਨ ਨਿਕਲ ਜਾਂਦੀ, ਲੇਕਿਨ ਗੇਮ ਦੋ ਘੰਟੇ ਦੋ ਜਾਂ ਉਸ ਤੇ ਨਹੀਂ ਮੁੱਕਦੇ, ਆਖਰੀ ਓਵਰ ਤੱਕ ਗੇਮ ਗਈ ਜੀ, ਐਸ ਗੇਮ ਐਸ ਗੇਮ ਨਾਲੋਂ ਚੰਗੀ ਗੇਮ, ਲੇਕਿਨ ਦਾਦਾ ਭਾਈ 7 ਵਜੇ ਘਰੋਂ ਨਿਕਲ ਜਾਣਾ ਚਾਹੀਦਾ ਅਗਰ ਦੂਰ ਜਾਣਾ ਹੋਵੇ, 18 ਲਈ ਇਕੁਅਲ ਗੇਮ ਚੱਲੀ ਸੀ, ਬਲਕਿ ਉਹ ਖੈਰ ਬੜੀ ਗੇਮ ਸਾਡੀ ਅਜੇ ਤੱਕ ਐਡੀ ਅੱਛੀ ਗੇਮ ਹੈ ਨਹੀਂ, ਚਲੋ
ਇੱਥੇ ਹੁਣ ਸਾਰੇ ਬੈਠੇ ਹੋ ਅਗਲੇ ਮੈਚ ਚ ਯੂਨੀਫਾਰਮ ਲਈ ਪੈਸੇ ਪਾਣੇ ਨੇ ਹਾਂ ਜੀ ਪਾਣੇ ਨੇ ਪਾਣੇ 40 ਡਾਲਰ ਈਚ ਬੰਦਾ ਪਾਏ 40 ਡਾਲਰ ਤਾਂ ਸਭ ਕੋ ਜਾਣਾ ਕਿੰਨੀ ਹੋਣੀ ਤੇ ਯੂਨੀਫਾਰਮ ਸੇਮ ਹੋਣਾ ਚਾਹੀਦਾ ਟੂਰਨਾਮੈਂਟ ਪਰ ਇਹ ਵੀ ਬੁਰਾ ਚਲੋ ਚਲੀਏ ਕਾਰ ਨੂੰ ਇੱਕ ਮਿੰਟ ਰੁਕ ਜਾ ਟੂਰਨਾਮੈਂਟ ਦੱਸਣਾ ਪੈਂਦਾ ਕੀ ਕੀਤਾ ਇੱਥੇ ਆਰਾਮ ਨਾਲ ਬੈਠੇ ਆ ਚੱਲ ਨਹੀਂ ਓ ਯਾਰ ਚਲੋ ਚਲੋ ਬੈਠੇ ਰੋ ਕੀ ਖੋਲੀ ਹੈ ਨਾ ਦਾਦ ਦੇ ਜਾ ਕੇ ਬਾਬਾ ਉਹ ਕਹਿੰਦਾ ਪਹਿਲੇ ਪਤਾ ਨਾ ਹਾਰ ਕੇ ਆਇਓ ਮੁੰਡਾ ਛੱਡਦਾ ਹਾਰ ਗਿਆ ਕਿ ਜਿੱਤੇ ਉਸ ਭੈਣ ਚੋ ਸਵੇਰ ਉੱਥੇ ਨਾ ਰੇਡੀਓ ਰੂਮ ਚਲਾਨ ਹੋਇਆ ਹੁਣ ਹਾਰ ਗਿਆ ਦਿਲਵਾਲ ਕਿਹੜਾ ਨਹੀਂ 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 ਰੇਡੀਓ ਰੂਮ ਉੱਥੇ ਵੀ ਹੁੰਦਾ ਹੋ ਜਾਂਦਾ ਲਾ ਭਾਈ ਓਕੇ ਓਏ ਉੱਥੇ ਓਏ ਉੱਥੇ ਐਲਾਨ ਕਰਨ ਵਾਲਾ ਕੌਣ ਹੈਗਾ ਦੱਸੇ ਨਾ ਮੈਂ ਲੰਨ ਬਾਵੇ ਦਾ ਮੈਂ ਅਸਲ ਚ ਕਹਿੰਦੇ ਨੇ ਹਫਤੇ ਦੀ ਇੱਕ ਵਾਰੀ ਡਿਸਪੈਚਿੰਗ ਹੁੰਦੀ ਤੇ ਮੈਂ ਡਿਸਪਾਇੰਟਮੈਂਟ ਚ ਜਾਣਾ ਮੋਸ਼ੀ ਤੂੰ ਮੈਨੂੰ ਤੂੰ ਦੱਸ ਲੈ ਕਰਕੇ ਜੀ ਮੈਨੂੰ ਇਹ ਦੱਸੋ ਬ੍ਰਦਰ ਮੈਂ ਇਹੋ ਜੀ ਗੱਲ ਮੈਂ ਚੈਨਲ ਚੇਂਜ ਕਰ ਤੈਨੂੰ ਦੱਸ ਲੈ ਚੇਂਜ ਹੈਲੋ ਇਹ ਕਹਿ ਰਹਾ ਨਾ ਯੂਨਾਈਟਿਡ ਚ ਕਿਵੇਂ ਲਾਨ ਹੁੰਦਾ ਮੈਂ ਕਸਮੇ ਖੁਦਾ ਦੀ ਮੈਂ ਦੇਖੋ ਇੱਕ ਵਾਰੀ ਵੀ ਨਹੀਂ ਪੁੱਛਿਆ ਹਾਂਜੀ ਜਦੋਂ ਜਿੱਤੇ ਸਾਂ ਉਦੋਂ ਵੀ ਥੋੜਾ ਰੇਡੀਓ ਦੇ ਟਾਈਮ ਦਿੱਤਾ ਹਜੇ ਮੈਂ ਤੇ ਨਾ ਕਦੀ ਹਾਰੇ ਨਾ ਕਦੀ ਜਿੱਤੇ ਐਲਾਨ ਕੀਤਾ ਹੀ ਨਹੀਂ ਐ ਪਤਾ ਨਹੀਂ ਕਿਹੜੀ ਕਹਾਣੀਆਂ ਪਾਉਂਦਾ ਤਬਾਰਕ ਨੇ ਮੇਰੇ ਕੋਲ ਤਬਾਰਕ ਕਹਿ ਲੋ ਤਬਾਰਕ ਸੀ ਦੱਸੋ ਹੁਣ ਤਬਾਰਕ ਮੈਂ ਕਿਹਾ ਹੁਣ ਰੇਡੀਓ ਤੇ ਮੈਨੂੰ ਅਸਲ ਇਹ ਅਸੀਂ ਸੀਕ੍ਰੀਟ ਰੱਖਨੇ ਨਹੀਂ ਨਾ ਸਕਦੇ ਤਬਾਰਕ ਨੂੰ ਪਤਾ ਲੱਗ ਜਾਂਦਾ ਕੋਈ ਨਹੀਂ ਉਹ ਵੀ ਰੱਖਦੇ ਯਾਰ ਨਿਊ ਆਰਲੀਨ ਦੇ ਵਿੱਚ ਇਸ ਟੀਮ ਹਰ ਟੀਮ ਐਸ ਲਈ ਪਰੇਸ਼ਾਨ ਹੈ ਕਿ ਪਿਛਲੇ ਸਾਲ ਦਿਲ ਵਾਲੇ ਇਹ ਟੀਮ ਨੂੰ ਇੱਥੇ ਸੱਟਾਂ ਦੇ ਆਊਟ ਕਰੀ ਦੇ ਪਿਛਲੇ ਸਾਲ ਟੀਮ ਤੁਹਾਨੂੰ ਦੋ ਵਾਰੀ ਹਰਾ ਦਿੱਤੀ ਨਹੀਂ ਕਦੇ ਨਹੀਂ ਉਹ 60 ਰਨ ਕਰਕੇ ਉਹ ਇਹ ਟੀਮ ਚ ਪੁੱਛ ਲਓ 60 ਰਨ ਨਹੀਂ 60 ਦੇ ਬੁੱਕ ਤੋਂ ਦੀ ਇਹ ਮੁੰਡੇ ਕਿਦੋਂ ਹਰ ਸਾਲ ਉਹਨਾਂ ਦੇ ਮੁੰਡੇ ਚੇਂਜ ਹੁੰਦੇ ਨੇ ਅਬ ਕਿਉਂ ਨਹੀਂ ਨਹੀਂ ਚੇ ਇਹ ਹੀ ਪੜਦੇ ਬਲੇ ਪਿਛਲੇ 10 ਸਾਲ ਤੋਂ ਕੈਪਟਨ ਇੱਕੋ ਹੀ ਹੈ ਕੈਪਟਨ ਮੇਰੇ ਖਿਆਲ ਨਾਲ ਪੜਦਾ ਨਹੀਂ ਇਹ ਪਿਛਲੇ 7-8 ਸਾਲ ਤੋਂ ਇਹ ਪੜਦੇ ਨੇ ਫੀਲਿੰਗ ਗੁੱਡ ਠੀਕ ਹੈ ਇਟਸ ਫੀਲਿੰਗ ਗੁੱਡ ਪੁੱਟ ਇਨ ਦ ਬੈਗ ਗੱਲ ਸੁਣੋ ਵੀ ਅਗਲੇ ਮੈਚ ਚ ਸਾਰੇ ਹਰ ਬੰਦਾ 5-5 ਡਾਲਰ ਬਲਕਿ 10-10 ਡਾਲਰ ਲੈ ਆਉਂਦਾ ਡਾਲਰ ਕਰ ਹੱਥ ਪੈ ਯਾਰ ਤੁਸੀਂ 150 ਦਾ ਬੱਕਰਾ ਆਂਦਾ ਯਾਰ ਪੱਥੇਰੇ ਬੱਕਰੇ ਦੀ ਉਹ ਤੂੰ ਬੱਕਰੇ ਚਿਕਨ ਮੰਗਵਾ ਯਾਰ ਬਾਰਬੀ ਕੋ ਚਿਕਨ ਹੁੰਦਾ ਹੈ ਕਰੋ ਕੋ ਮਜ਼ਾ ਆਏ ਬੱਕਰੇ ਸ਼ਕਰੇ ਓਏ ਖਾਨ ਨੂੰ ਓਏ ਪਾਬਲੋ ਖਾਨ ਨੂੰ ਕਹਦੇ ਜ਼ਮੀਨ ਚ ਬੱਕਰਾ ਰੋਸਟ ਕਰ ਦੇਗਾ ਤੈਨੂੰ ਖਾਨ ਸਾਹਿਬ ਬੱਕਰਾ ਰੋਸਟ ਕਰੋਗੇ ਕਿ ਨਹੀਂ ਯਾਰ ਵੇਲੋ ਜੀ ਅਨਾਉਂਸਮੈਂਟ ਹਰ ਮੈਚ ਹਰ ਮੈਚ 10-10 ਡਾਲਰ ਪਾਓ ਸਾਰੇ ਕੁਝ ਵੀ ਨਹੀਂ ਕੈਬ ਚਲਾਉਂਦੇ ਆ ਯਾਰ ਉਹ ਨਹੀਂ ਦੱਸਣ ਵੀ ਕੋਈ ਤਰ੍ਹਾਂ ਆ ਬਸ ਠੀਕ ਤੂੰ ਤੇਂ ਕਸਟਮਰ ਦੇ 9 ਬੰਦੇ ਨੇ 10 ਦੇ ਕੇ ਜਾਂਦਾ ਉਹਨੂੰ ਮੂੰਹ ਜਾਲਾ ਕੱਢਦੇ ਰਹੇ ਤੁਹਾਨੂੰ 10 ਦਿੰਦੇ ਨੇ ਸਾਨੂੰ 15 ਬਣਾ ਦੇ ਕੇ ਜਾਂਦੇ ਓਏ ਓਏ ਕੰਪੀਟੀਸ਼ਨ ਹੋ ਗਿਆ ਜੇ ਪੈਸੇ ਕਿਉਂ ਕਹਿੰਦੇ ਹਾਂ ਐਡੀ ਬਾਈ ਨਹੀਂ ਪੰਜਾਬ ਯੂਨਾਈਟਿਡ ਓਨਲੀ ਟੇਕ ਯੂਨਾਈਟਿਡ ਨਿਊ ਆਰਲੀਨਸ ਚਲੋ ਜੀ ਅਗਲੇ ਮੈਚ ਉੱਥੇ ਬਾਰਬੀਕਿਊ ਦੀ ਮਸ਼ੀਨ ਕਿਹਦੇ ਕੋਲ ਗ੍ਰਿਲ ਜਿਹੜੇ ਨਾ ਕਮਰ ਭਾਈ ਲੈ ਆਉਂਗੇ ਸਮਝ ਆ ਗਈ ਮੈਂ ਅਸੀਂ ਹਰ ਵੀ ਗਏ ਆ ਸ਼ੁਰੂ ਤੋਂ ਆਇਆ ਵਾ ਕਮਰ ਭਾਈ ਤੁਸੀਂ ਕਿੰਜ ਆਊਟ ਹੋਇਆ ਪਿਛਾ ਪਤਾ ਬੈਠਾ ਯਾਰ ਅਗਲੇ ਮੈਚ ਇੱਥੇ
ਸਾਡੀ ਕਿਉਂ ਨਾ ਤਾਂ ਡਾਊਨ ਟਾਊਨ ਚ ਵੇਖ ਲਿਆ ਤੇ ਤੁਹਾਨੂੰ ਕੱਟ ਵਜਣੇ ਨੇ ਚਲੋ ਕੋਈ ਨਹੀਂ ਤੁਹਾਨੂੰ ਯਾਦ ਕਰਨ ਦਾ ਬਹਾਨਾ ਤੇ ਲੱਭਾਂ ਨਹੀਂ ਯਾਰ ਕੋਈ ਨਹੀਂ ਮੈਂ ਹਲੋ ਗੁੱਡ ਟਾਈਮ ਬੜੀ ਹਾਂ ਖਾਤੇ ਹਨ ਨਾ ਖਾ ਮੂੰਹ ਦੀ ਸਲਾਦ ਬਾਹਰ ਆ ਰਹੀ ਹੈ ਹਾਵ ਅ ਗੁੱਡ ਟਾਈਮ ਚਲੋ ਯਾਰ ਜਿਹਦੇ ਕੋਲ ਐਸ ਵਾਲਾ ਐ ਨਹੀਂ ਫੜਿਆ ਗਿਆ ਅਗਲਾ ਫੜ ਲਵੇ ਉਹ चार बाल आई पहला तो तू ढिड लगा दी फिर तू आराम चवल चवल एक बैट ना बड़ा खूबसूरत खेड पिछले सात साल आउट हो अगर तंदीर ने दो गेंदा लग दी ना ये क्या बैन चो मैं गेंदे मारी जा रहा कुत्ती का इन्हें बालन तू किधर है तू की फ्री का पानी पीवी जा रहे हैं मुजरा करा लिए डालर पाओ पेंट हाउस तीन चार कुड़िया भी नाल बाहर चौके दे डांस सानू नुकसान करना मैच मार दे एक चौका रिल फड़नी भाई देने रिल फड़नी भाई देने ने पैसे देने रख लो मोटिया मोटिया ऑस्ट्रेलियन बीवियां फिंस ने पिछले बार पट्टी साहब ने कराया नहीं असि तो चार आउट हो गए उनकी है ना लाइक किसी को कॉल करे कहते कपूरे गाल गुला कटन अपना दिल वाले पीस आउट।